ਸਵਾਗਤ ਹੈ ਜੀ ਤੁਹਾਡਾ, ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀ ਵੀ ਅਤੇ ਮੈਂ ਗੁਰਵਿੰਦਰ ਸਿੰਘ ਰੋਮੀ। ਟੀਮ ਮਾਲਵਾ ਤੁਹਾਨੂੰ ਲੈ ਆਈ ਹੈ ਅਲਪਾਈਨ ਪਬਲਿਕ ਸਕੂਲ ਕਾਕੜਾ ਰੋਡ ਭਵਾਨੀਗੜ੍ਹ ਵਿਖੇ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸਾਲ 2023-24 ਦੇ ਬੋਰਡ ਦੀ ਪ੍ਰੀਖਿਆ ਵਿੱਚੋਂ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਅੱਜ ਸਨਮਾਨ ਹੋ ਰਿਹਾ ਹੈ। ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਅਲਪਾਈਨ ਪਬਲਿਕ ਸਕੂਲ ਭਵਾਨੀਗੜ੍ਹ ਤੋਂ। ਜਾਣਕਾਰੀ ਮਿਲੀ ਹੈ ਕਿ 12 ਵਿਦਿਆਰਥੀ ਨੌਨ ਮੈਡੀਕਲ, 9 ਵਿਦਿਆਰਥੀ ਕਮਰਸ ਤੋਂ ਇਲਾਵਾ 17 ਵਿਦਿਆਰਥੀ 10ਵੀਂ ਕਲਾਸ ਦੇ, ਕੁੱਲ 39 ਵਿਦਿਆਰਥੀਆਂ ਨੇ ਪ੍ਰੀਖਿਆ ਦੇ ਵਿੱਚੋਂ ਚੰਗੇ ਅੰਕ ਹਾਸਲ ਕਰਕੇ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ, ਉੱਥੇ ਹੀ ਉਹਨਾਂ ਵਿਦਿਆਰਥੀਆਂ ਨੇ ਅਲਪਾਈਨ ਪਬਲਿਕ ਸਕੂਲ ਦਾ ਨਾਂ ਵੀ ਰੋਸ਼ਨ ਕੀਤਾ। ਤੁਹਾਨੂੰ ਜਾਣਕਾਰੀ ਦੇ ਦਈਏ, ਚੰਗੀ ਵਿੱਦਿਆ, ਚੰਗੀ ਪੜ੍ਹਾਈ, ਖੇਡਾਂ ਦੇ ਨਾਲ ਨਾਲ ਪਰਸਨੈਲਿਟੀ ਪਲੱਸ ਕਰਨ ਦੇ ਲਈ ਪਿਛਲੇ ਲੰਮੇ ਸਮੇਂ ਤੋਂ ਅਲਪਾਈਨ ਪਬਲਿਕ ਸਕੂਲ ਦੀ ਜੋ ਕੋਸ਼ਿਸ਼ ਹੈ ਉਹ ਸਮੇਂ ਸਮੇਂ 'ਤੇ ਰੰਗ ਲਿਆਉਂਦੀ ਹੈ, ਅਤੇ ਅੱਜ ਅਲਪਾਈਨ ਪਬਲਿਕ ਸਕੂਲ ਵੱਲੋਂ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾ ਰਿਹਾ। ਤਸਵੀਰਾਂ ਤੁਸੀਂ ਦੇਖ ਰਹੇ ਹੋ। ਇਸ ਮੌਕੇ ਇੱਕ ਸੱਭਿਆਚਾਰ ਪ੍ਰੋਗਰਾਮ ਵੀ ਕਰਵਾਇਆ ਗਿਆ। ਵਿਦਿਆਰਥੀਆਂ ਨੇ ਵੱਖ ਵੱਖ ਤਰ੍ਹਾਂ ਦੀਆਂ ਸੰਗੀਤਕ ਸਰਗਰਮੀਆਂ ਦੇ ਵਿੱਚ ਹਿੱਸਾ ਲਿਆ ਅਤੇ ਭੰਗੜਾ ਗਿੱਧੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਹਾਂ। ਸੋ ਇਹ ਤਸਵੀਰਾਂ ਤੁਹਾਨੂੰ ਸਨਮਾਨ ਸਮਾਰੋਹ ਦੀਆਂ ਦਿਖਾ ਰਹੇ ਹਾਂ, ਜਿੱਥੇ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਤੁਹਾਨੂੰ ਉੱਥੇ ਲੈ ਕੇ ਚੱਲਦੇ ਹਾਂ, ਸੁਣਾਉਂਦੇ ਹਾਂ ਪ੍ਰਿੰਸੀਪਲ ਬੀਬਾ ਜੀ ਦਾ ਕੀ ਕਹਿਣਾ ਅਤੇ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਕੀ ਕਹਿਣਾ। ਸੋ ਤੁਹਾਨੂੰ ਸਿੱਧੀਆਂ ਤਸਵੀਰਾਂ ਟੀਮ ਮਾਲਵਾ ਦਿਖਾ ਰਹੀ ਹੈ ਅਲਪਾਈਨ ਪਬਲਿਕ ਸਕੂਲ ਭਵਾਨੀਗੜ੍ਹ ਤੋਂ, ਕਿਉਂਕਿ 39 ਵਿਦਿਆਰਥੀਆਂ ਦਾ ਸਨਮਾਨ ਹੋ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹਨਾਂ ਵਿਦਿਆਰਥੀਆਂ ਨੇ ਜਿੱਥੇ ਚੰਗੇ ਅੰਕ ਹਾਸਲ ਕੀਤੇ ਨੇ ਉੱਥੇ ਵੱਖ ਵੱਖ ਖੇਤਰਾਂ ਦੇ ਵਿੱਚ ਜਿਵੇਂ ਖੇਡਾਂ ਨੇ, ਮਿਊਜ਼ਿਕ ਹੈ, ਸੰਗੀਤ ਹੈ, ਉਹਦੇ ਵਿੱਚ ਵੀ ਵੱਡੀਆਂ ਮੱਲਾਂ ਮਾਰੀਆਂ ਨੇ। ਸੋ ਇੱਕ ਵੱਡੀ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ, ਕਿਉਂਕਿ ਜਿਸ ਸਕੂਲ ਦੇ ਵਿਦਿਆਰਥੀ ਵੱਡੀ ਪੱਧਰ 'ਤੇ ਚੰਗੇ ਅੰਕ ਹਾਸਲ ਕਰਦੇ ਨੇ ਅਤੇ ਪੂਰੀ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾ ਰਿਹਾ। ਵਿਦਿਆਰਥੀ ਇੱਕ ਯਾਦਗਾਰੀ ਤਸਵੀਰ ਹੈ ਜਿਹੜੀ ਉਹ ਖਿਚਵਾਉਂਦੇ ਨਜ਼ਰ ਆ ਰਹੇ ਨੇ। ਤੁਹਾਨੂੰ ਉੱਥੇ ਲੈ ਚੱਲਦੇ ਹਾਂ, ਸੁਣਾਉਂਦੇ ਹਾਂ ਬੀਬਾ ਪ੍ਰਿੰਸੀਪਲ ਦਾ ਕੀ ਕਹਿਣਾ ਅਤੇ ਕੀ ਕਹਿਣਾ ਮੌਜੂਦ ਵਿਦਿਆਰਥੀਆਂ ਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਰੋਮਾ ਅਰੋੜਾ, ਪ੍ਰਿੰਸੀਪਲ ਅਲਪਾਈਨ ਪਬਲਿਕ ਸਕੂਲ। ਬੱਚਾ ਆਪਣੀ ਜ਼ਿੰਦਗੀ ਦੇ 12ਵੀਂ ਤੱਕ ਪੜ੍ਹ ਕੇ ਅੱਗੇ ਤੱਕ ਦਾ ਜ਼ਿੰਦਗੀ ਦਾ ਸਕੂਲ ਤੈਅ ਕਰਦਾ, ਤਾਂ ਅੱਜ ਉਹਨਾਂ ਦਾ ਸਨਮਾਨ ਕੀਤਾ ਗਿਆ। ਸਨਮਾਨਿਤ ਕਰਨ ਦਾ ਮਤਲਬ ਸਿਰਫ ਇਹੀ ਹੈ ਕਿ ਬੱਚਿਆਂ ਨੇ ਸਾਰਾ ਸਾਲ ਜੋ ਟੀਚਰਸ ਨੇ ਪੜ੍ਹਾਇਆ ਔਰ ਉਹਨਾਂ ਨੇ ਉਸ ਤਰ੍ਹਾਂ ਦਾ ਅਚੀਵਮੈਂਟ ਲੈ ਕੇ ਸਾਨੂੰ ਪ੍ਰਾਊਡ ਫੀਲ ਕਰਵਾਇਆ, ਔਰ ਇਹ ਫੰਕਸ਼ਨ ਆਪਾਂ ਉਹਨਾਂ ਨੂੰ ਆਨਰ ਕਰਨ ਲਈ ਹੀ ਕਰਦੇ ਹਾਂ, ਔਰ ਉਹਦੇ ਨਾਲ ਨਾਲ ਬਾਕੀ ਦੇ ਬੱਚੇ ਵੀ ਇੰਸਪਾਇਰ ਹੋਣ ਕਿ ਉਹ ਵੀ ਉਸੇ ਤਰ੍ਹਾਂ ਮਿਹਨਤ ਕਰਨ, ਕਿਉਂਕਿ ਇਹ ਫੰਕਸ਼ਨ ਜਿਹੜਾ ਹੈ ਇਸ ਤਰ੍ਹਾਂ ਦਾ ਆਨਰ ਬੱਚਿਆਂ ਨੂੰ ਦੇਣਾ ਇੱਕ ਉਹਨਾਂ ਲਈ ਬਹੁਤ ਜਿਹਨੂੰ ਕਹਿੰਦੇ ਫਖਰ ਦੀ ਗੱਲ ਹੈ, ਔਰ ਇਸੇ ਕਰਕੇ ਅਸੀਂ ਇਹ ਫੰਕਸ਼ਨ ਕਰਦੇ ਹਾਂ। ਬਿਲਕੁਲ ਹੁੰਦੀ ਹੈ, ਬਿਲਕੁਲ ਹੁੰਦੀ ਹੈ, ਬਹੁਤ ਜ਼ਿਆਦਾ ਹੁੰਦੀ ਹੈ। ਬੱਚਿਆਂ ਨੂੰ ਬਹੁਤ ਅੱਛਾ ਫੀਲ ਹੁੰਦਾ ਹੈ
ਇਹ ਵਾਲੇ ਬੱਚੇ ਵੀ ਅੱਗੇ ਲਈ ਮਤਲਬ ਮਿਹਨਤ ਕਰਨਗੇ ਔਰ ਬਾਕੀ ਦੇ ਜਿਹੜੇ ਸਕੂਲ ਦੇ ਬੱਚੇ ਹੈ ਉਹਨਾਂ ਨੂੰ ਤਾਂ ਇੰਸਪੀਰੇਸ਼ਨ ਮਿਲਦੀ ਹੀ ਮਿਲਦੀ ਹੈ। ਉਹ ਇਸ ਗੱਲ ਦੀ ਵੇਟ ਕਰਦੇ ਹੈ ਕਿ ਸਾਡੇ ਵੀ ਅਸੀਂ ਵੀ ਇਸ ਫੰਕਸ਼ਨ 'ਚ ਬੁਲਾਏ ਜਾਵਾਂਗੇ, ਸਾਨੂੰ ਵੀ ਇਸੇ ਤਰ੍ਹਾਂ ਪ੍ਰਾਈਜ਼ ਮਿਲਣਗੇ। ਦੇਖੋ ਅਨੋਖਾ ਇਹ ਹੈ ਕਿ ਇੱਕ ਬੱਚਿਆਂ ਨੂੰ ਅਸੀਂ ਡਿਸਿਪਲਿਨ 'ਚ ਬਹੁਤ ਰੱਖੀਦਾ ਪਰ ਰਿਲੈਕਸਡ ਮੈਨਰ 'ਚ, ਕੋਈ ਕੋਰਪੋਰਲ ਪਨਿਸ਼ਮੈਂਟ ਨਹੀਂ, ਸਿਰਫ ਇੱਕ ਫੋਲੋ ਅਪ ਲੈਣਾ ਜ਼ਰੂਰੀ ਹੁੰਦਾ ਜਿਹੜਾ ਅਸੀਂ ਟੀਚਰਸ ਤੋਂ ਵੀ ਲੈਂਦੇ ਹਾਂ, ਸਟੂਡੈਂਟਸ ਤੋਂ, ਕਿ ਬੱਚੇ ਦੀ ਕੰਟੀਨਿਊਸ ਜਿਹੜੀ ਪਰਫਾਰਮੈਂਸ ਹੈ ਉਹ ਕਿਸ ਤਰ੍ਹਾਂ ਜਾ ਰਹੀ ਹੈ। ਹਾਂਜੀ ਬਿਲਕੁਲ, ਸਭ ਕੁਛ ਜਿਹੜਾ ਐਕਟੀਵਿਟੀਜ਼ ਹੈ, ਐਕਟੀਵਿਟੀਜ਼ ਦਾ ਪਰਪਸ ਹੁੰਦਾ ਬੱਚਿਆਂ ਨੂੰ ਰਿਫਰੈਸ਼ ਕਰਨਾ ਕਿ ਉਹ ਸਟੱਡੀ ਲਈ ਤਿਆਰ ਹੋ ਜਾਣ, ਕਿਉਂਕਿ ਆਪਾਂ ਅਗਰ ਲਗਾਤਾਰ ਪੜ੍ਹਾਈ ਪੜ੍ਹਾਈ ਕਰਵਾਉਂਦੇ ਹਾਂ ਤਾਂ ਬੱਚੇ ਉਹਦੇ ਤੋਂ ਬੋਰਡ ਫੀਲ ਕਰਦੇ ਹੈ। ਐਕਟੀਵਿਟੀਜ਼ ਨਾਲ ਬੱਚੇ ਰਿਫਰੈਸ਼ਡ ਫੀਲ ਕਰਦੇ ਹੈ, ਉਹਨਾਂ ਦਾ ਮਾਇੰਡ ਥੋੜ੍ਹਾ ਰਿਲੈਕਸ ਹੋ ਜਾਂਦਾ ਔਰ ਉਸ ਤੋਂ ਬਾਅਦ ਉਹਨਾਂ ਦਾ ਫੋਕਸ ਸਟੱਡੀ ਵਿੱਚ ਬਹੁਤ ਅੱਛਾ ਬਣਦਾ ਹੈ ਨਾ। ਹੋਰਾਂ ਬੱਚਿਆਂ ਲਈ ਮੇਰਾ ਮੈਸੇਜ ਸਿਰਫ ਇਹੀ ਹੈ ਕਿ ਕੰਟੀਨਿਊਸਲੀ ਉਹ ਆਪਣੀ ਪਰਫਾਰਮੈਂਸ ਨੂੰ ਕਾਊਂਟ ਕਰਦੇ ਰਹਿਣ, ਉਹਨੂੰ ਦੇਖਦੇ ਰਹਿਣ ਕਿ ਕਿੱਥੇ ਕਮੀ ਹੈ ਔਰ ਕਿਸ ਤਰ੍ਹਾਂ ਉਹ ਕਮੀਆਂ ਨੂੰ ਪੂਰਾ ਕਰਨਾ ਹੈ। ਔਰ ਅਗਰ ਇਸ ਤਰ੍ਹਾਂ ਬੱਚੇ ਆਪਣੀਆਂ ਕਮੀਆਂ ਨੂੰ ਦੇਖ ਕੇ ਨਾਲ ਨਾਲ ਨੋਟ ਕਰਕੇ ਪੂਰਾ ਕਰਦੇ ਰਹਿਣਗੇ, ਸਾਡੇ ਇੱਕ ਮਤਲਬ ਇੱਕ ਬਹੁਤ ਅੱਛੀ ਗੱਲ ਹੈ ਕਿ ਅਗਰ ਟੀਚਰਸ ਨੂੰ 100 ਵਾਰ ਵੀ ਬੱਚਾ ਕੁਐਸਚਨ ਪੁੱਛੇ ਤਾਂ ਟੀਚਰ 19 ਵਾਰ ਉਹਨੂੰ ਸਮਝਾਏਗਾ। ਬਿਲਕੁਲ ਹੁੰਦਾ, ਬਹੁਤ ਅੱਛੇ ਸਿੰਗਰਸ ਹੈ, ਬਹੁਤ ਅੱਛੇ ਐਕਟਿੰਗ ਕਰਨ ਵਾਲੇ ਬੱਚੇ ਹੈ, ਸਮਟਾਈਮਸ ਉਹ ਪੜ੍ਹਾਈ ਵਿੱਚ ਬਹੁਤ ਅੱਛੇ ਨਹੀਂ ਹੁੰਦੇ, ਆਪਾਂ ਨੂੰ ਨਹੀਂ ਪਤਾ ਕਿ ਉਹ ਕਿੰਨੀ ਵੱਡੀ ਸਟੇਜ ਤੇ ਜਾ ਕੇ ਐਕਟਰ ਜਾਂ ਸਿੰਗਰ ਬਣਨ ਵਾਲੇ ਹੈ। ਇਹ ਹੁੰਦਾ, ਬਿਲਕੁਲ ਹੁੰਦਾ ਕਿ ਐਕਟੀਵਿਟੀਜ਼ ਉਹਨਾਂ I have recently completed my senior secondary from Alma Mater Alpine Public School. ਅਗਰ ਗੱਲ ਕਰੀਏ ਅਲਪਾਈਨ ਸਕੂਲ ਦੇ ਟੌਪ ਬੱਚਿਆਂ ਨੂੰ ਸਨਮਾਨ ਕਰੇ, ਕਿਵੇਂ ਲੱਗਿਆ ਤੁਹਾਨੂੰ, ਕਿਵੇਂ ਮੈਸੇਜ ਪਕੜਿਆ? ਮੈਨੂੰ ਬਹੁਤ ਵਧੀਆ ਲੱਗਿਆਗਾ ਵੀ ਜਿਵੇਂ ਆਪਣੇ ਟੀਚਰਸ ਨੇਗੇ, ਸਾਰਿਆਂ ਨੇ ਸਾਨੂੰ ਬਹੁਤ ਜ਼ਿਆਦਾ ਕੋਆਰਡੀਨੇਟ ਕੀਤਾ ਸੀਗਾ, ਇਨਕਰੇਜ ਕੀਤਾ ਸੀਗਾ, ਐਜ਼ ਵੈਲ ਐਜ਼ ਆਵਰ ਪੇਰੈਂਟਸ ਵੀ ਇਹਨੇ ਵਧੀਆ ਨੰਬਰ ਲੈਣ ਲਈ, ਅਤੇ ਉਹਨਾਂ ਦੀ ਦਇਆ ਨਾਲ ਸਾਡੇ ਨੰਬਰ ਆਏ ਨੇਗੇ ਇੰਨੇ ਵਧੀਆ, ਅਤੇ ਮੈਂ ਬਾਕੀ ਜਵਾਕਾਂ ਨੂੰ ਵੀ ਇਨਕਰੇਜ ਕਰਨਾ ਚਾਹੂੰਗਾ ਵੀ ਐਵੇਂ ਅੱਗੇ ਸਟੱਡੀ ਕਰਦੇ ਰਹਿਣ ਅਤੇ ਵਧੀਆ ਨੰਬਰ ਅਟੇਨ ਕਰਨ। ਆਈ ਵਾਂਟ ਟੂ ਬਿਕਮ ਐਨ ਸਕਸੈਸਫੁਲ ਐਂਟਰਪ੍ਰੀਨਿਓਰ। ਐਂਟਰਪ੍ਰੀਨਿਓਰ ਮੈਨੂੰ ਕਹਿੰਦਾ, ਹਾਂਜੀ ਕਰਨਦੀਪ ਸ਼ਰਮਾ, ਆਈ ਰੀਸੈਂਟਲੀ ਪਾਸ ਪਲੱਸ ਟੂ ਕਮਰਸ ਵਿਦ 92.6% ਮਾਰਕਸ। ਅਲਪਾਈਨ ਸਕੂਲ ਅਗਰ ਗੱਲ ਕਰੀਏ, ਹਵਾ ਵਾਤਾਵਰਨ ਦੇ ਮਾਹੌਲ ਦੇ ਟੀਚਰਾਂ ਦੀ ਐਜੂਕੇਸ਼ਨ ਬਾਰੇ ਕਿਵੇਂ ਦੇਖ? ਹਾਂ ਜੀ, ਮਤਲਬ ਮਾਹੌਲ ਸਾਰਾ ਵਧੀਆ ਜੀ, ਇੱਥੇ ਕਰੀਕੁਲਰ ਐਕਟੀਵਿਟੀਜ਼, ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਬਹੁਤ ਨੇ, ਅਤੇ ਉਹਨਾਂ ਦਾ ਬੱਚੇ ਦਾ ਮਾਇੰਡ ਵੀ ਪ੍ਰੈਸ਼ਰ ਨਹੀਂ ਪੈਂਦਾ, ਪੜ੍ਹਾਈ ਦਾ ਫਰੈਸ਼ ਰਹਿੰਦਾ। ਬਾਕੀ ਬੱਚਿਆਂ ਨੂੰ ਕੀ ਮੈਸੇਜ ਦੇਣਾ? ਬਾਕੀ ਬੱਚਿਆਂ ਨੂੰ ਵੀ ਬਸ ਟੀਚਰਸ ਦੀ ਗੱਲ ਮੰਨੋ ਅਤੇ ਪੜ੍ਹਾਈ ਕਰੋ। My name is Gurmoj Kaur from village Kakra. I recently completed my plus 2 as a commerce student. ਕਿਸ ਤਰੀਕੇ ਦੇ ਸਕੂਲ ਦੇ ਵੱਲੋਂ ਸਨਮਾਨ ਕੀਤਾ ਗਿਆ ਬੱਚੇ ਦੀ ਪੜ੍ਹਾਈ ਨੂੰ ਅੱਗੇ ਸੁਪਨੇ ਸਜਾਉਣ ਦਾ ਕੀ ਸੀ? Sir, I am really over the moon by being honored by the school. As ਜਿਵੇਂ ਕਿ ਆਪਾਂ ਅੱਗੇ ਗੱਲ ਕਰੀਏ ਕਿ ਜਿਵੇਂ ਕਿ ਆਪਾਂ ਗੱਲ ਕਰੀਏ ਅੱਗੇ ਦੇ ਸੁਪਨੇ ਸਜਾਉਣ ਦੀ, ਸੁਪਨੇ ਹਰ ਇੱਕ ਇਨਸਾਨ ਦੇਖਦਾ, ਕੁਛ ਅੱਖਾਂ ਬੰਦ ਕਰਕੇ ਕੁਛ ਖੋਲ੍ਹ ਕੇ, ਜਿਹੜੇ ਅੱਖਾਂ ਖੋਲ੍ਹ ਕੇ ਦੇਖਦੇ ਆ ਉਹ ਪੂਰੇ ਕਰਨੇ ਬਹੁਤ ਜ਼ਰੂਰੀ ਹੁੰਦੇ ਨੇ। ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਹਰ ਇੱਕ ਇਨਸਾਨ ਦਾ ਸੁਪਨਾ ਹੁੰਦਾ, ਸੁਪਨਾ ਤੋਂ ਬਿਨਾਂ ਕੋਈ ਇਨਸਾਨ ਹੁੰਦਾ ਹੀ ਨਹੀਂ, ਅਤੇ ਐਵੇਂ ਕਿ ਮੇਰਾ ਇੱਕ ਸੁਪਨਾ ਹੈ ਕਿ ਮੈਂ ਇੱਕ ਸਕਸੈਸਫੁਲ ਬਿਜ਼ਨਸ ਵੂਮਨ ਬਣ ਸਕਾਂ, ਅਤੇ ਜਿਹੜਾ ਕਿ ਮੈਨੂੰ ਲੋਟ ਆਫ ਨੇਮ ਐਂਡ ਫੇਮ ਦਊਗਾ ਅਤੇ ਮੈਨੂੰ ਫਾਈਨੈਂਸ਼ਲੀ ਇੰਡੀਪੈਂਡੈਂਟ ਕਰੂ। I'm really over the
moon by being honored by the school. ਮੈਂ ਬਹੁਤ ਹੀ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੀ ਹਾਂ ਆਪਣੇ ਆਪ 'ਤੇ, ਅਤੇ ਮੇਰੇ ਪੇਰੈਂਟਸ ਵੀ ਮੇਰੇ 'ਤੇ ਮਾਣ ਮਹਿਸੂਸ ਕਰ ਰਹੇ ਨੇ। ਹਾਂਜੀ, ਅਤੇ ਸਕੂਲ ਦਾ ਇਨਵਾਇਰਮੈਂਟ ਬਹੁਤ ਵਧੀਆ ਅਤੇ ਟੀਚਿੰਗ ਫੈਸਿਲਿਟੀ ਇਜ਼ ਅਪ ਟੂ ਦਾ ਮਾਰਕ ਐਂਡ ਐਵਰੀ ਟੀਚਰ ਇਜ਼ ਐਕਸਪੀਰੀਅੰਸ ਐਂਡ ਐਕਸਪਰਟ ਇਨ ਦਰ ਰਿਸਪੈਕਟਿਵ ਡੋਮੇਨਸ ਦੇ ਸਟੱਡੀ।